ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਗਰ ਸਾਹਿਬ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਬਾਬਾ ਬਲਬੀਰ ਸਿੰਘ ਮੁਖੀ ਪਿੰਗਲਾ ਆਸ਼ਰਮ ਸਨੌਰ ਸਨ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾਵਾਂ ਨੇ ਜਿਨ੍ਹਾਂ ਨੇ ਸਾਡੇ ਲਈ ਬਹੁਤ ਜ਼ਿਆਦਾ ਯੋਗਦਾਨ ਦਿੱਤਾ, ਉਹਨਾਂ ਨੂੰ ਸਰੋਤਾ ਸਾਹਿਬ ਪਾ ਕੇ ਸਨਮਾਨਿਤ ਕਰਨਾ ਹੈ। ਅੰਗਰੇਜ਼ ਸਿੰਘ ਜੀ ਤੇ ਲੋਕ ਚੇਤਨਾ ਕਲਾ ਮੰਚ ਦੇ ਪਹੁੰਚੇ ਹੋਏ ਮੈਂਬਰ ਸਾਹਿਬਾਨ, ਸਨਮਾਨਿਤ ਕਰਦੇ ਹੋਏ ਜੱਜ ਸਰ ਆਓ ਪਲੀਜ਼। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਮੈਡਲ ਵੀ ਦੇ ਦਿਓ ਜੀ, ਮੈਡਲ ਸਰ। ਰਣਜੀਤ ਮੈਮ, ਜਗਜੀਤ ਮੈਮ, ਸੋਰੀ ਜਗਜੀਤ ਮੈਮ, ਮੈਮ ਥੈਂਕ ਯੂ। ਬੇਅੰਤ ਮੈਮ, ਵੰਦਨਾ ਮੈਮ ਐਂਡ ਮੈਮ, ਹਾਂਜੀ ਬਾਬਾ ਜੀ ਦਾ ਸਨਮਾਨ ਜੀ ਕਿਸ ਰੱਖਾ ਪਕੜੋ। ਹਾਂਜੀ ਉਪਕਾਰ ਸਰ ਦਾ ਸਨਮਾਨ ਕਰਨਗੇ ਹੁਣ ਸਾਡੇ ਬਾਬਾ ਜੀ। ਅੱਜ ਮੱਕਰ ਸਾਹਿਬ ਹਾਇਰ ਸੈਕੰਡਰੀ ਸਕੂਲ ਵਿਖੇ ਅਸੀਂ ਬੱਚਿਆਂ ਦੇ ਪ੍ਰੋਗਰਾਮ ਲਈ ਜੋ ਸਾਲਾਨਾ ਇਹਨਾਂ ਨੇ ਮਨਾਇਆ ਹੈ, ਅਸੀਂ ਇੱਥੇ ਹਾਜ਼ਰ ਹੋਏ ਹਾਂ। ਇਸ ਵਿੱਚ ਜੋ ਮੈਡਮ ਪ੍ਰਵੀਨ ਜੀ ਨੇ ਅਤੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਨੇ ਇਹਨਾਂ ਦਾ ਦੇਖਿਆ ਹੈ, ਬਹੁਤ ਹੀ ਇਹਨਾਂ ਦਾ ਉਤਸ਼ਾਹ ਕੀਤਾ ਹੈ, ਬੱਚਿਆਂ ਨੇ ਬਹੁਤ ਵਧੀਆ ਇੱਥੇ ਪ੍ਰੋਗਰਾਮ ਕੀਤਾ ਹੈ। ਇਹ ਸਾਰਾ ਹੀ ਇਹਨਾਂ ਦੇ ਉੱਦਮ ਸਦਕਾ ਹੋਇਆ ਹੈ ਅਤੇ ਅਸੀਂ ਸਾਰੇ ਸਟਾਫ ਦੇ ਮਿਹਨਤ ਦਾ ਇਹ ਫਲ ਹੈ ਜੋ ਇਹਨਾਂ ਨੇ ਅੱਜ ਇੱਥੇ ਦਿਖਾਇਆ ਕੀਤਾ ਹੈ ਨਵੇਂ ਸਾਲ ਦਾ। ਅਸੀਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਚੜ੍ਹਦੀਆਂ ਕਲਾ ਰੱਖੇ, ਸਟਾਫ ਨੂੰ ਵੀ ਅਤੇ ਬੱਚਿਆਂ ਨੂੰ ਵੀ, ਦਿਨ ਦੁੱਗਣੀ ਰਾਤ ਚੁਗਣੀ ਇਹ ਤਰੱਕੀ ਕਰਨ। ਇੰਨੀਆਂ ਕੁ ਸਾਡੀਆਂ ਆਸ਼ੀਰਵਾਦ ਨੇ ਬੱਚਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਗਰ ਸਾਹਿਬ ਵਿਖੇ ਐਨੂਅਲ ਡੇ ਸੈਲੀਬ੍ਰੇਟ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਪੇਸ਼ ਕੀਤਾ ਅਤੇ ਇੱਕ ਸਕੂਲ ਦੀ ਰਿਫਲੈਕਸ਼ਨ ਹੁੰਦੀ ਆ ਕਿਹੋ ਜਿਹਾ ਸਕੂਲ ਆ। ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਬਾਬਾ ਬਲਵੀਰ ਸਿੰਘ ਜੀ ਪਿੰਗਲਾ ਆਸ਼ਰਮ ਸਨੌਰ ਤੋਂ ਅਤੇ ਏਰੀਏ ਤੋਂ ਦੋ ਸਰਪੰਚ ਸਾਹਿਬ, ਤਿੰਨ ਬਲਾਕ ਸੰਮਤੀ ਮੈਂਬਰ ਅਤੇ ਬਹੁਤ ਸਾਰੇ ਪੇਰੈਂਟਸ ਜਿਹੜੇ ਸ਼ਾਮਿਲ ਹੋਏ, ਅਸੀਂ ਸਾਰਿਆਂ ਦੇ ਤਹਿ ਦਿਲੋਂ ਬਹੁਤ ਧੰਨਵਾਦੀ ਹਾਂ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਗਰ ਸਾਹਿਬ ਵਿਖੇ ਸਾਲਾਨਾ ਐਨੂਅਲ ਡੇ ਪ੍ਰੋਗਰਾਮ ਮਨਾਇਆ ਗਿਆ, ਜਿਸ ਵਿੱਚ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ। ਸਾਡੀ ਗਿਆਨ ਜੋਤੀ ਐਜੂਕੇਸ਼ਨ ਸੋਸਾਇਟੀ ਤੋਂ ਚੀਫ ਗੈਸਟ ਦੇ ਤੌਰ 'ਤੇ ਉਪਕਾਰ ਸਿੰਘ ਆਪਣੀ ਟੀਮ ਨਾਲ ਪਹੁੰਚੇ, ਲੋਕ ਚੇਤਨਾ ਕਲਾ ਮੰਚ, ਔਰ ਇਸਦੇ ਨਾਲ ਹੀ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਸਾਡੇ ਕੋਲ ਪਹੁੰਚੀਆਂ। ਮੈਂ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇੱਥੇ ਪਹੁੰਚਣ ਦੇ। ਦੇਵੀਗੜ੍ਹ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੋਜੀ ਦੀ ਰਿਪੋਰਟ।